ਕਰੋਨਾ ਵਾਇਰਸ ਕਾਰਨ ਲੱਗੀ ਕਰਫਿਊ ਨੂੰ ਕਰੀਬ ਇੱਕ ਮਹੀਨਾ ਹੋ ਗਿਆ ਹੈ ਅਤੇ ਲੋਕ ਕਰਫਿਊ ਵਿੱਚ ਫਸੇ ਹੋਣ ਕਾਰਨ ਜੇਬਾਂ ਵਿੱਚੋਂ ਪੈਸੇ ਖਤਮ ਹੋਣ ਦੀ ਗੱਲ ਕਰ ਰਹੇ ਹਨ। ਲੋਕ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਨੇ। ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਬਠਿੰਡਾ ਦੇ ਗੁਣਿਆਣਾ ਰੋਡ ਸਥਿਤ ਝੀਲਾਂ ਦੇ ਕੋਲ, ਜਿੱਥੇ ਕਰੀਬ 20 ਤੋਂ 25 ਵਿਅਕਤੀਆਂ ਨੂੰ ਇੱਕ ਟਰੱਕ ਵਿੱਚ ਭਰ ਕੇ ਉਹਨਾਂ ਦੇ ਘਰ ਵੱਲ ਲਿਜਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਇਹ ਟਰੱਕ ਲੁਧਿਆਣਾ ਜਾ ਰਿਹਾ ਸੀ, ਜਿਸ ਦੌਰਾਨ ਹੁਣ ਲੋਕਾਂ ਨੇ ਇਸ ਨੂੰ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਾ ਕਿ ਬੰਦੇ ਦਿਹਾੜੀਦਾਰ ਹਨ। ਗੁਰਦੁਆਰੇ ਵਿੱਚ ਫਸੇ ਹੋਏ ਲੋਕਾਂ ਨੂੰ ਲੁਧਿਆਣਾ ਲੈ ਕੇ ਜਾ ਰਹੇ ਸਨ। ਉੱਥੇ ਹੀ ਟਰੱਕ ਵਿੱਚ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਰਫਿਊ ਵਿੱਚ ਫਸੇ ਹੋਏ ਸਨ ਅਤੇ ਉਹਨਾਂ ਨੇ ਇੱਕ ਟਰੱਕ ਕਿਰਾਏ 'ਤੇ ਕਰਵਾਇਆ ਸੀ ਅਤੇ ਉਸ ਡਰਾਈਵਰ ਨੂੰ 2500 ਰੁਪਇਆ ਵੀ ਦਿੱਤਾ। ਪਰਮਿਸ਼ਨ ਬਾਰੇ ਉਹਨਾਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਪੂਰੇ ਮਾਮਲੇ 'ਤੇ ਬਠਿੰਡਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗੇ ਕਿ ਲੋਕ ਕੌਣ ਹਨ। ਰਿਸ਼ੀ ਗੋਇਲ ਸਰ, ਇਹ ਇੱਕ ਟਰੱਕ ਗਵਾਲੀਅਰ ਤੋਂ ਚੱਲ ਕੇ ਆਇਆ ਜਿਹਦਾ ਨੰਬਰ MP07DA1313 ਹੈ। ਅਸੀਂ ਡਰਾਈਵਰ ਇਹ ਸਾਡੀ ਕਲੋਨੀ ਵਿਸ਼ਵਾਸ ਕਲੋਨੀ ਬਠਿੰਡਾ ਦੇ ਵਿੱਚ ਅੱਗੇ ਆ ਕੇ ਰੁਕਿਆ। ਅਸੀਂ ਇਸ ਨੂੰ ਪੁੱਛਿਆ ਵੀ ਇੱਥੇ ਕਿਵੇਂ ਰੁਕਿਆ, ਜਦੋਂ ਅਸੀਂ ਇਹਦੀ ਤਰਪਾਲ ਚੱਕ ਕੇ ਦੇਖੀ ਤਾਂ ਇਹਦੇ ਵਿੱਚ ਡੰਗਰਾਂ ਮੰਜ ਇਹਦੇ ਵਿੱਚ ਇਨਸਾਨ ਭਰੇ ਹੋਏ ਸੀਗੇ ਔਰ ਇਸ ਨੇ ਘੱਟੋ ਘੱਟ ਵੀ 20 ਬੰਦੇ ਇਹਨੇ ਇੱਥੇ ਉਤਾਰ ਦਿੱਤੇ ਔਰ ਇਹ ਕੁਛ ਬੰਦੇ ਮਲੋਟ ਰੋਡ 'ਤੇ ਉਤਾਰ ਕੇ ਆਇਆ। ਡਰਾਈਵਰ ਦੀ ਪੁੱਛਗਿੱਛ ਕਰਕੇ ਜਦੋਂ ਅਸੀਂ ਪੁੱਛਿਆ ਇਸ ਨੂੰ ਵੀ ਤੂੰ ਇੱਥੋਂ ਇੱਥੇ ਕਿਵੇਂ ਆ ਗਿਆ, ਕਹਿੰਦਾ ਵੀ ਮੈਂ ਗਵਾਲੀਅਰ ਤੋਂ ਆਇਆ, MP ਦੇ ਵਿੱਚੋਂ ਆਇਆ। ਅਸੀਂ ਕਿਹਾ ਵੀ 1000 ਕਿਲੋਮੀਟਰ ਤੂੰ ਆ ਗਿਆ ਇੱਥੇ, ਹਜੇ ਤੱਕ ਤੇਰੀ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ, ਕੋਈ ਤੈਨੂੰ ਕਿਸੇ ਨਾਕੇ ਦੇ ਉੱਤੇ ਕਿਸੇ ਨੇ ਨਹੀਂ ਰੋਕਿਆ। ਇੱਕ ਪਾਸੇ ਦਾ ਪ੍ਰਸ਼ਾਸਨ ਦਾਅਵੇ ਵੱਡੇ ਵੱਡੇ ਕਰਦਾ ਕਿ ਅਸੀਂ ਸੂਈ ਨਹੀਂ ਲੰਘਣ ਦਿੰਦੇ ਔਰ ਇਹ 1000 ਕਿਲੋਮੀਟਰ 'ਤੇ ਟਰੱਕ ਆ ਗਿਆ। ਉਹ ਡਰਾਈਵਰ ਕੋਲ ਨਾ ਤਾਂ ਕੋਈ ਪਾਸ ਹੈ ਨਾ ਹੀ ਕੋਈ ਪਰਮਿਸ਼ਨ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਖਿੱਚ ਧੂ ਕੇ ਇਹਦੀ ਇਨਕੁਆਇਰੀ ਕੀਤੀ ਜਾਵੇ ਔਰ ਸਾਨੂੰ ਤਾਂ ਇਹ ਲੱਗਦਾ ਕਿ ਇਹ ਸਾਰੇ ਜਮਾਤੀਏ ਦੇ ਨਾਲ ਹੀ ਨਾ ਜੁੜੇ ਹੋਣ, ਜਮਾਤੀਏ ਹੀ ਨਾ ਹੋਣ। ਬਠਿੰਡਾ ਸਿਟੀ ਜਿਹੜੀ ਹੈ ਇੱਕ ਨੀਟ ਐਂਡ ਕਲੀਨ ਸਿਟੀ ਹੈ, ਇੱਕ ਗ੍ਰੀਨ ਜ਼ੋਨ ਹੈ, ਗ੍ਰੀਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਔਰ ਇਹ ਸਾਨੂੰ ਇਹ ਪੂਰਾ ਸ਼ੱਕ ਹੈ ਕਿ ਇਹ ਕਰੋਨਾ ਫੈਲਾਉਣ ਵਾਸਤੇ ਹੀ ਇੱਥੇ ਬਠਿੰਡੇ ਦੇ ਵਿੱਚ ਐਂਟਰ ਕੀਤੇ ਹੈ। ਆਸੇ ਪਾਸੇ ਦੇ ਏਰੀਏ ਦੇ ਵਿੱਚ ਸਾਡਾ ਜਿਹੜਾ ਇੱਕ ਬਹੁਤ ਹੀ ਸੇਫ ਗਿਣਿਆ ਗਿਆ ਹੈ। ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਇਹਦੀ ਅੰਦਰੂਨੀ ਤੌਰ 'ਤੇ ਇਹਦੀ ਜਾਣਕਾਰੀ ਇਹਦੀ ਜਾਂਚ ਕੀਤੀ ਜਾਵੇ। ਧੰਨਵਾਦ। ਗਵਾਲੀਅਰੋਂ ਨਾ ਭਾਅ ਜੀ, ਇਹ ਦੂਜਾ ਕੰਪੈਨ ਦੇ ਡਰਾਈਵਰ ਆ, ਕੰਪੈਨ ਹੈਲਪਰ ਡਰਾਈਵਰ ਹੀ ਉੱਥੇ ਬੈਠੇ ਸੀ ਗੁਰਦੁਆਰੇ। ਉਹ ਆਹੋ ਪਹਿਲੇ ਸੁਣ ਲਿਓ ਕਰੋ ਭਾਅ ਜੀ, ਤੋਂ ਉੱਥੋਂ ਫਿਰ ਗੁਰਦੁਆਰੇ ਬੈਠੇ ਹਾਂ, ਕਿਰਾਇਆ ਲਿਆ 2500 ਲਿਆ ਅਤੇ ਬਾਅਦ 'ਚ ਇੱਥੇ ਆਏ ਅਤੇ ਫੜੇ ਗਏ। ਨਹੀਂ ਇੱਦਾਂ ਗੱਡੀ 'ਚ ਲਿਆਏ, ਬੰਦ ਕਿਉਂ ਕਰਨਾ ਇੱਦਾਂ ਗੱਡੀ 'ਚ ਆਏ? ਪਤਾ ਨਹੀਂ ਪਤਾ ਨਹੀਂ ਭਾਅ ਜੀ, ਗਿਣੇ ਨਹੀਂ ਆਪਾਂ। ਸਟੇਟਾਂ ਦੋ ਹੀ ਆ, ਹਰਿਆਣਾ ਅਤੇ UP। ਆ ਜਾਣਾ ਇੱਥੇ ਕੀ ਲੁਧਿਆਣੇ ਗਵਾਲੀਅਰ ਤੋਂ ਆਏ ਹੋ ਜਾ ਰਹੇ ਹੋ? ਹਾਂਜੀ ਜਾ ਰਹੇ ਹੋ ਕਿ ਆ ਰਹੇ ਹੋ? ਗਵਾਲੀਅਰ ਤੋਂ ਗਵਾਲੀਅਰ ਤੋਂ ਆ ਰਹੇ ਹੈਗੇ। ਇੱਧਰ ਕਿੱਧਰ ਦੀ ਆ ਰਹੇ ਸੀ? ਬਠਿੰਡਾ ਤੋਂ ਅਵਤਾਰ ਸਿੰਘ ਕਹਿਣ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।